ਭਾਈ ਬਲਬੀਰ ਸਿੰਘ ਅਰਦਾਸੀਏ ਦੇ ਵੱਲੋਂ ਮੁੱਖ ਮੰਤਰੀ ਬਾਦਲ ਨੂੰ ਸਿਰੋਪਾ ਪੇਟ ਨਾ ਕਰਨ ਤੇ ਐਸਜੀਪੀਸੀ ਤੇ ਅਕਾਲੀ ਦਲ ਦੇ ਵਿੱਚ ਹਲਚਲ ਜਿਹੀ ਪੈਦਾ ਹੋ ਗਈ ਸੀ ਜਿਸ ਤੋਂ ਬਾਅਦ ਭਾਈ ਬਲਬੀਰ ਸਿੰਘ ਦਾ ਤਬਾਦਲਾ ਸੰਗਰੂਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਦਿੱਤਾ ਗਿਆ ਹਾਲਾਂਕਿ ਭਾਈ ਬਲਬੀਰ ਸਿੰਘ ਨੇ ਇਸ ਡਿਊਟੀ ਨੂੰ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਦੇਖੋ ਰਿਪੋਰਟ ਭਾਈ ਬਲਬੀਰ ਸਿੰਘ ਫਰਾਂਸ ਜਿਨ੍ਹਾਂ ਦਾ ਜ਼ਮੀਰ ਬੇਸ਼ੱਕ ਉਹਨਾਂ ਨੂੰ ਮੁੱਖ ਮੰਤਰੀ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਪੇਟ ਕਰਨ ਦੀ ਇਜਾਜ਼ਤ ਨਾ ਦੇ ਪਾਇਆ ਪਰ ਆਪਣੇ ਜ਼ਮੀਰ ਦੀ ਆਵਾਜ਼ ਸੁਣੀ ਭਾਈ ਬਲਬੀਰ ਸਿੰਘ ਨੂੰ ਕਾਫੀ ਮਹਿੰਗੀ ਪੈ ਗਈ ਇੱਕ ਦਿਨ ਬਾਅਦ ਹੀ ਭਾਈ ਬਲਬੀਰ ਸਿੰਘ ਦਾ ਤਬਾਦਲਾ ਮਾਛੀਵਾੜਾ ਤੇ ਗ੍ਰੰਥੀ ਗੁਰਚਰਨ ਸਿੰਘ ਦਾ ਤਬਾਦਲਾ ਨਕਿਆਣਾ ਸਾਹਿਬ ਚ ਕਰ ਦਿੱਤਾ ਗਿਆ ਹਾਲਾਂਕਿ ਭਾਈ ਬਲਬੀਰ ਸਿੰਘ ਅਰਦਾਸੀਏ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰ ਕਿਤੇ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਐਸਜੀਪੀਸੀ ਦੇ ਸਾਰੇ ਫੈਸਲੇ ਸਿਆਸੀ ਦਬਾਅ ਹੇਠ ਹੁੰਦੇ ਨੇ ਮੇਰਾ ਤਬਾਦਲਾ ਵੀ ਸਿਆਸੀ ਦਬਾਅ ਹੇਠ ਹੋਇਆ ਹੈ ਇਹ ਸਿਆਸੀ ਦਬਾਅ ਦੇ ਕਾਰਨ ਹੀ ਜਿੰਨੇ ਵੀ ਫੈਸਲੇ ਲਏ ਜਾ ਰਹੇ ਹੈ ਸ਼੍ਰੋਮਣੀ ਕਮੇਟੀ ਦੇ ਕੋਈ ਵੱਸ ਦੀ ਗੱਲ ਨਹੀਂ ਹੈ ਇਹ ਮੇਰਾ ਤਬਾਦਲਾ ਵੀ ਸਿਆਸੀ ਦਬਾਅ ਦੇ ਕਾਰਨ ਹੀ ਹੋਇਆ ਐਨੇ ਨਹੀਂ ਭਾਈ ਬਲਬੀਰ ਸਿੰਘ ਮੁਤਾਬਕ ਅਜੇ ਤੱਕ ਕਿਸੇ ਸਿਆਸੀ ਪਾਰਟੀ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਪਰ ਉਹਨਾਂ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਵੀ ਸਿੱਖ ਪੰਥ ਨਾਲ ਜੁੜੇ ਰਹਿਣ ਦਾ ਚੈਲੰਜ ਕਰ ਦਿੱਤਾ ਅੱਜ ਤੱਕ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਲੇਕਿਨ ਹੁਣ ਸੇਵਾ ਤੋਂ ਮੁਕਤ ਹੋ ਗਏ ਆ ਤੇ ਹੁਣ ਸਿੱਖ ਪੰਥ ਦੇ ਨਾਲ ਸਾਰਿਆਂ ਨਾਲ ਸੰਬੰਧ ਰੱਖਣੇ ਜਦਕਿ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਭਾਈ ਬਲਬੀਰ ਸਿੰਘ ਤੇ ਫਰਜ਼ਾਂ ਦੀ ਕੋਤਾਹੀ ਵਰਤਣ ਵਰਗੇ ਇਲਜ਼ਾਮ ਲਗਾਏ ਦੇਖੋ ਸਰੋਪੇ ਨੂੰ ਲੈ ਕੇ ਜਿਹੜਾ ਇੰਨੀ ਵੱਡੀ ਸ਼ਖਸੀਅਤ ਨੂੰ ਸਰੋਪਾ ਡਿਨਾਈ ਕਰਨਾ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੰਥ ਰਤਨ ਦੇ ਤੌਰ 'ਤੇ ਨਵਾਜਿਸ਼ ਹੋਈ ਹੋਈ ਹੈ ਜਿਸ ਸ਼ਖਸੀਅਤ 'ਤੇ ਅਤੇ ਫਖਰੇ ਕੌਮ ਦਾ ਅਵਾਰਡ ਮਿਲਿਆ ਹੋਇਆ ਉਹਨਾਂ ਨੂੰ ਸਰੋਪਾ ਨਾ ਦੇਣਾ ਸਮਝਦਾ ਕਿ ਆਪਣੇ ਫਰਜ਼ਾਂ ਦੀ ਕੁਤਾਹੀ ਕੀਤੀ ਆ ਉਹਨੇ ਔਰ ਉਹਦੇ ਲਈ ਉਹਨਾਂ ਦੀ ਟ੍ਰਾਂਸਫਰ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਅਜੇ ਵੀ ਬਾਦਲ ਸਰਕਾਰ ਤੇ ਸੰਕਟ ਦੇ ਬੱਦਲਾਂ ਦੀ ਤਰ੍ਹਾਂ ਮੰਡਰਾ ਰਿਹਾ ਹੈ ਜਿਸ ਨੂੰ ਦਬਾਉਣ ਦੀ ਬਾਦਲ ਸਰਕਾਰ ਨੇ ਕਾਫੀ ਕੋਸ਼ਿਸ਼ ਕੀਤੀ ਪਰ ਇਹ ਕੋਸ਼ਿਸ਼ ਨਾਕਾਮ ਹੀ ਰਹੀ ਭਾਈ ਬਲਬੀਰ ਸਿੰਘ ਦੀ ਉਦਾਹਰਨ ਵੀ ਇਸ ਦੀ ਗਵਾਹ ਹੈ ਨਿਊਜ਼ ਐਕਸ ਤੋਂ ਸ਼ੈਰੀ ਗੌਰਵਾ ਦੇ ਨਾਲ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ